ਦੱਸਾਂਗੇ ਤਾਂ ਪੰਜਾਬ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਵਿਚਾਲੇ ਆੜ੍ਹਤੀ ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ। ਬਾਸਮਤੀ ਦੀ ਖਰੀਦ ਲਈ ਆੜ੍ਹਤੀ ਤਿਆਰ ਹੋ ਗਏ ਨੇ। ਐਸੋਸੀਏਸ਼ਨ ਦੀ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ। ਮੀਟਿੰਗ ਤੋਂ ਮਗਰੋਂ ਆੜ੍ਹਤੀਆਂ ਨੇ ਬਾਸਮਤੀ ਦੀ ਖਰੀਦ ਦਾ ਫੈਸਲਾ ਲਿਆ। ਸੀਐਮ ਦੇ ਨਾਲ ਮੀਟਿੰਗ ਤੋਂ ਮਗਰੋਂ ਹੀ ਹੜਤਾਲ ਵਾਪਸ ਲਵਾਂਗੇ। ਪੰਜਾਬ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਹੜਤਾਲ ਲਗਾਤਾਰ ਜਾਰੀ ਹੈ, ਪਰ ਹੜਤਾਲ ਵਿਚਾਲੇ ਆੜ੍ਹਤੀ ਐਸੋਸੀਏਸ਼ਨ ਨੇ ਇੱਕ ਵੱਡਾ ਫੈਸਲਾ ਕੀਤਾ। ਬਾਸਮਤੀ ਦੀ ਖਰੀਦ ਲਈ ਆੜ੍ਹਤੀ ਤਿਆਰ ਹੋ ਗਏ ਨੇ। ਐਸੋਸੀਏਸ਼ਨ ਦੇ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਆੜ੍ਹਤੀ ਐਸੋਸੀਏਸ਼ਨ ਦੇ ਵੱਲੋਂ ਬਾਸਮਤੀ ਖਰੀਦ ਦਾ ਫੈਸਲਾ ਲੈ ਲਿਆ ਗਿਆ। ਸੀਐਮ ਨਾਲ ਹੋਈ ਮੀਟਿੰਗ ਤੋਂ ਬਾਅਦ ਜਿਹੜੀ ਹੜਤਾਲ ਹੈ ਉਹ ਵਾਪਸ ਲਵਾਂਗੇ, ਆੜ੍ਹਤੀਆਂ ਦਾ ਕਹਿਣਾ ਹੈ। ਕਈ ਮੰਗਾਂ ਨੂੰ ਲੈ ਕੇ ਆੜ੍ਹਤੀ ਵੀ ਰੋਸ ਪ੍ਰਦਰਸ਼ਨ 'ਤੇ ਨੇ, ਹੜਤਾਲ ਕੀਤੀ ਹੋਈ ਹੈ। ਅੱਜ ਖਰੀਦ ਸ਼ੁਰੂ ਹੋਇਆ, ਚੌਥਾ ਦਿਨ ਹੈ। 25% ਆੜ੍ਹਤ ਵਧਾਉਣ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸਾਡੇ ਨਾਲ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਵਿਜੇ ਕਾਲੜਾ ਜੀ ਸਾਡੇ ਨਾਲ ਨੇ। ਕਾਲੜਾ ਸਾਹਿਬ, ਕੀ ਅੱਜ ਮੀਟਿੰਗ ਰਹੀ ਹੈ ਅਤੇ ਕਹਿੰਦੇ ਲੰਬੀ ਮੀਟਿੰਗ ਚੱਲੀ ਹੈ, ਕੀ ਫੈਸਲੇ ਹੋਏ ਨੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਦਾ ਜਿਹੜਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵੇਖਿਆ ਜਾਂਦਾ ਜੀ, ਪੰਜਾਬ ਹਰਿਆਣਾ ਦਾ ਹਿਮਾਚਲ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਸਾਡਾ ਉਪਰਾਲਾ ਕੀਤਾ। ਕੱਲ੍ਹ ਮੈਨੂੰ ਮਾਣਯੋਗ ਸਾਡੇ ਚੀਫ ਸੈਕਟਰੀ ਸਾਹਿਬ ਅਨੁਰਾਗ ਵਰਮਾ ਜੀ ਦੇ ਨਾਲ ਫੋਨ 'ਤੇ ਗੱਲ ਹੋਈ, ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਕੱਲ੍ਹ ਮਿਲੋ। ਮੈਂ ਉਹਨਾਂ ਦੇ ਕਹਿਣ 'ਤੇ ਅੱਜ ਪੰਜਾਬ ਭਵਨ ਚੰਡੀਗੜ੍ਹ 'ਚ ਸਾਡੀ ਮੀਟਿੰਗ 11:00 ਸ਼ੁਰੂ ਹੋਈ, ਜਿਹੜੀ ਕਿ ਸ਼ਾਮ ਤਕਰੀਬਨ 6 ਵਜੇ ਤੱਕ ਚੱਲੀ। ਉਸ ਦੇ ਵਿੱਚ ਸਾਡਾ ਮੁੱਖ ਮੁੱਦਾ ਸੀ ਕਿ ਜਿਹੜੀ ਸਾਡੀ ਆੜ੍ਹਤ ਹੈ, ਜਿਹੜੀ ਕਿ ਪੰਜਾਬ ਮੰਡੀ ਬੋਰਡ ਦੇ APMC ਐਕਟ ਦੇ ਤਹਿਤ ਸਾਨੂੰ 2.5% 1997 ਤੋਂ ਮਿਲ ਰਹੀ ਹੈ, ਅੱਜ 27 ਸਾਲ ਹੋ ਗਏ ਆ। ਉਹਦੇ ਵਿੱਚ 19-20 ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਉਸ ਕਮਿਸ਼ਨ ਨੂੰ 2.5% ਦੀ ਜਗ੍ਹਾ 'ਤੇ ਫਿਕਸ ਕਰਕੇ 86 ਰੁਪਏ ਕੁਇੰਟਲ ਕਰ ਦਿੱਤਾ ਗਿਆ। ਪਹਿਲਾਂ ਤਾਂ 2 ਰੁਪਏ ਕੁਇੰਟਲ ਦਾ ਫਰਕ ਪੈਂਦਾ ਸੀ, ਅਸੀਂ ਮਹਿਸੂਸ ਨਹੀਂ ਕੀਤਾ ਅਤੇ ਸਰਕਾਰ ਦੇ ਨਾਲ ਲੜਾਈ ਲੜਦੇ ਰਹੇ। ਸੈਂਟਰ ਗੌਰਮੈਂਟ ਨੂੰ ਅਸੀਂ ਮਿਲੇ, ਸਾਡੇ ਫੂਡ ਮਿਨਿਸਟਰ ਆਫ ਇੰਡੀਆ ਸ਼੍ਰੀ ਪ੍ਰਹਲਾਦ ਜੋਸ਼ੀ ਜੀ ਨੂੰ ਮਿਲ ਕੇ ਆਇਆ ਮੈਂ 20 ਸਤੰਬਰ ਨੂੰ, ਥੋੜ੍ਹੇ ਦਿਨ ਪਹਿਲਾਂ, ਅੱਜ ਤੋਂ 13-14 ਦਿਨ ਪਹਿਲਾਂ। ਬਟ ਕੋਈ ਹੱਲ ਨਹੀਂ ਨਿਕਲਿਆ ਅਜੇ ਤੱਕ। ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਜਲਦੀ ਦੁਬਾਰਾ ਬੁਲਾਵਾਂਗੇ। ਸੋ ਅਸੀਂ 28 ਅਗਸਤ ਨੂੰ ਪਿਛਲੇ ਦਿਨ ਹੀ ਇੱਕ ਬਹੁਤ ਵੱਡਾ ਇਜਲਾਸ ਰੱਖਿਆ ਸੀਗਾ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ। ਕਰੀਬ 10,000 ਦੇ ਸਾਡੇ ਆੜ੍ਹਤੀ ਸਾਹਿਬਾਨ ਪਹੁੰਚੇ ਸੀ ਉੱਥੇ। ਅਸੀਂ ਇੱਕ ਸਰਕਾਰ ਨੂੰ 10 ਸਾਡੀਆਂ ਜਿਹੜੀਆਂ ਮੰਗਾਂ ਸੀ ਉਹਦੇ ਬਾਰੇ ਇੱਕ ਮੈਮੋਰੈਂਡਮ ਦਿੱਤਾ ਸੀ, ਪਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਹੁਣ ਅੱਜ ਜਦੋਂ ਕਿ ਜਿਵੇਂ ਕਹਿੰਦੇ ਆ ਕਿ ਬੂਹੇ ਜੰਨ ਅਤੇ ਵਿਨੋ ਕੁੜੀ ਦੇ ਕੰਨ, ਸਾਨੂੰ ਪਹਿਲੀ ਮੀਟਿੰਗ ਜਿਹੜੀ ਹੈ ਸੰਡੇ ਬੁਲਾਈ ਗਈ, ਸੰਡੇ ਤੋਂ ਬਾਅਦ ਫਿਰ ਟਿਊਜ਼ਡੇ ਬੁਲਾਈ ਗਈ, ਫਿਰ ਵੈਡਨਸਡੇ ਬੁਲਾਈ ਗਈ, ਅੱਜ ਫਿਰ ਥਰਸਡੇ ਹੋ ਗਿਆ। ਅੱਜ ਚੀਫ ਸੈਕਟਰੀ ਸਾਹਿਬ ਦੇ ਨਾਲ ਮਾਣਯੋਗ ਸਾਡੇ ਚੀਫ ਪ੍ਰਿੰਸੀਪਲ ਸੈਕਟਰੀ ਟੂ CM ਪੰਜਾਬ ਸ਼੍ਰੀ VK ਸਿੰਘ ਜੀ, ਸ਼੍ਰੀ ਕੈਪਸਨਾ ਜੀ ਸਾਡੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ, ਉਹਨਾਂ ਦੇ ਨਾਲ ਸਾਡੇ ਜਿਹੜੇ ਸੈਕਟਰੀ ਫੂਡ ਹੈ ਸ਼੍ਰੀ ਵਿਕਾਸ ਗਰਗ ਜੀ, ਡਾਇਰੈਕਟਰ ਫੂਡ ਸ਼੍ਰੀ ਪ੍ਰਨੀਤ ਗੋਇਲ ਜੀ, ਸ਼੍ਰੀ ਸਾਡੇ ਜਿਹੜੇ ਰਾਮਵੀਰ ਜੀ ਨੇ ਸੈਕਟਰੀ ਮੰਡੀ ਬੋਰਡ GMFCI, ਅਤੇ ਤਿੰਨੇ ਏਜੰਸੀਆਂ ਦੇ ਜਿਹੜੇ MD ਸਾਹਿਬਾਨ ਹੈ IAS ਅਫੀਸਰ, ਉਹਨਾਂ ਨੇ ਮੀਟਿੰਗ ਸ਼ਿਰਕਤ ਕੀਤੀ। ਅਤੇ ਉਹਨਾਂ ਦੇ ਨਾਲ ਪੰਨਗ੍ਰਹਿਣ ਵੱਲੋਂ ਸਾਡੇ ਐਡੀਸ਼ਨਲ ਡਾਇਰੈਕਟਰ ਸ਼੍ਰੀਮਤੀ ਅੰਜੁਮਨ ਭਾਸਕਰ ਜੀ ਨੇ ਵੀ ਸਾਡੇ ਨਾਲ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇੱਕੋ ਮੁੱਦਾ ਸੀ ਵੀ ਸਾਡੀ ਜਿਹੜੀ ਆੜ੍ਹਤ ਹੈ APMC ਐਕਟ ਜੋ ਪੰਜਾਬ ਦਾ ਹੈ ਉਹਦੇ ਮੁਤਾਬਕ ਸਾਨੂੰ 2.5% ਦਿਓ। ਉਹ ਕਹਿੰਦੇ ਸੀ ਵੀ ਇਹ ਕੇਂਦਰ ਨਾਲ ਰਿਲੇਟਡ ਹੈ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਕੇਂਦਰ ਨਾਲ ਰਿਲੇਟਡ ਬੇਸ਼ੱਕ ਹੈ, ਪਰ ਅਸੀਂ ਤੁਹਾਡੇ ਨਾਲ ਰਿਲੇਟਡ ਹਾਂ, ਸਾਡਾ ਕੇਂਦਰ ਨਾਲ ਕੋਈ ਵਾਹ ਨਹੀਂ। ਕੋਈ ਫੈਸਲਾ ਹੋਇਆ ਅੱਜ? ਨਹੀਂ, ਫੈਸਲਾ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਇਹ ਜਿਹੜਾ ਮਸਲਾ ਹੈ ਇਹ ਸਾਡੇ ਹੱਲ ਨਹੀਂ ਕਰਨ ਵਾਲਾ, ਜਿਹੜਾ ਕਮਿਸ਼ਨ ਪੂਰਾ ਕਰਨ ਦਾ। ਤਾਂ ਉਹਨਾਂ ਨੇ ਕਿਹਾ ਵੀ ਸਾਨੂੰ 1-2 ਦਿਨ ਦਾ ਟਾਈਮ ਦਿਓ,
ਅਤੇ ਅਸੀਂ ਚੀਫ ਮਿਨਿਸਟਰ ਸਾਹਿਬ ਦੇ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ। ਅਸੀਂ ਉਹਨਾਂ ਨੂੰ ਗੱਲ ਕਹੀ ਵੀ ਸਾਡਾ ਚੀਫ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਨ ਦਾ ਜਾਂ ਤੁਹਾਡੇ ਨਾਲ ਕਰਨ ਦਾ ਕੋਈ ਵੱਖਰਾ ਡਿਫਰੈਂਸ ਨਹੀਂ ਹੈ, ਸਾਡਾ ਮਕਸਦ ਹੈ ਵੀ ਸਾਡਾ ਇਹ ਜਿਹੜੀ ਆੜ੍ਹਤ ਸਾਨੂੰ ਪੂਰੀ ਮਿਲਣੀ ਚਾਹੀਦੀ ਹੈ। ਤਾਂ ਉਹਨਾਂ ਨੇ ਕਿਹਾ ਵੀ ਇਹ ਸਾਨੂੰ CM ਸਾਹਿਬ ਦੇ ਨਾਲ ਡਿਸਕਸ਼ਨ ਕਰਨੀ ਪਊਗੀ ਵੀ ਤੁਸੀਂ ਜਿਹੜੀ ਬਾਸਮਤੀ ਹੈ ਮੰਡੀਆਂ ਦੇ ਵਿੱਚ ਉਹਦੀ ਹੜਤਾਲ ਖੋਲ੍ਹ ਦਿਓ। ਅਸੀਂ ਉਹਨਾਂ ਦਾ ਕਹਿਣਾ ਮੰਨ ਕੇ ਚੀਫ ਪ੍ਰਿੰਸੀਪਲ ਸੈਕਟਰੀ ਟੂ CM ਪੰਜਾਬ ਜੀ ਦਾ ਅਤੇ ਚੀਫ ਸੈਕਟਰੀ ਸਾਹਿਬ ਦਾ ਹੋਰ ਅਫੀਸਰ ਸਾਹਿਬਾਨ ਨੇ ਸਾਨੂੰ ਇਸ ਗੱਲ 'ਤੇ ਮਜਬੂਰ ਕੀਤਾ ਵੀ ਤੁਸੀਂ ਇਹ ਹੜਤਾਲ ਖੋਲ੍ਹ ਦਿਓ ਕਿ ਉਹ ਬਾਸਮਤੀ ਜਿਹੜੀ ਹੈ ਜ਼ਿਆਦਾ ਦਿਨ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਪਈ ਰਹੂਗੀ ਉਹਦਾ ਰੰਗ ਡੈਮੇਜਿਸ ਕਰਨ ਰੋਕੇ, ਕਿਸਾਨ ਦਾ ਨੁਕਸਾਨ ਹੋਏਗਾ। ਆੜ੍ਹਤੀ ਹੈ ਜਿਹੜਾ ਕਿਸਾਨ ਤੈਸ਼ੀ ਹੈ, ਕਿਸਾਨ ਦੇ ਨੌ ਮਾਸ ਦਾ ਰਿਸ਼ਤਾ, ਇਸ ਕਰਕੇ ਅਸੀਂ ਉਹਨਾਂ ਦੇ ਕਹਿਣ 'ਤੇ ਤਾਂ ਕਿਸਾਨ ਤਨ ਮੁੱਖ ਰੱਖਦੇ ਹੋਏ ਹਾਂ। ਉਹ ਜਿਹੜੀ ਹੜਤਾਲ ਕੱਲ੍ਹ ਨੂੰ ਬਾਸਮਤੀ ਦੀ ਜਿਹੜੀ ਉਹ ਪਰਚੇਸ ਖੋਲ੍ਹ ਦਿੱਤੀ ਹੈ, ਉਹ ਜਿਹੜੇ ਸਾਡੇ ਬਾਸਮਤੀ ਐਕਸਪੋਰਟਰ ਨੇ ਜਾਂ ਬਾਸਮਤੀ ਦੇ ਐਸਮੈਲਰ ਨੇ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ। ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਮੋਹਾਲੀ।